ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ। ਅੱਜ ਫਿਰ ਅਸੀਂ ਇਸ ਏਰੀਆ ਦੇ ਵਿੱਚੋਂ ਜਿਵੇਂ ਜਿਵੇਂ ਪੈਂਡਿੰਗ ਵਰਕ ਸੀ ਲਾਸਟ ਟਾਈਮ ਕੰਪਲੀਟ ਕਰ ਰਹੇ ਸੀ, ਅਤੇ ਕਰੰਟ ਓਬਜੈਕਟਿਵ ਵਾਲੀ ਸਾਈਡ ਵੱਲ ਜਾਣ ਦੀ ਕੋਸ਼ਿਸ਼ ਕਰਾਂਗੇ। ਅਗਰ ਰੈਲਿਕ ਤੱਕ ਡਾਇਰੈਕਟ ਪਹੁੰਚ ਹੋ ਗਿਆ, ਅਗਰ ਨਹੀਂ ਤਾਂ ਦੈਨ ਜੋ ਰੂਟ ਹੈ ਡਾਇਰੈਕਟ ਉੱਥੇ ਰਾਹੀਂ ਹੀ ਜਾਵਾਂਗੇ। ਬਟ ਸੀ ਅਗਰ ਸ਼ੋਰਟਕੱਟ ਆਪਣੇ ਕੰਮ ਆ ਜਾਂਦਾ ਹੈ ਇਸ ਵਾਰੀ ਵੀ। ਇਸ ਤਰ੍ਹਾਂ ਗੱਲ ਨਹੀਂ ਕਰਨੀ, ਬੈਟਰ ਡਾਇਰੈਕਟ ਜਿਸ ਰਸਤੇ ਸਾਨੂੰ ਗੇਮ ਅਲਾਓ ਕਰ ਰਹੀ ਹੈ ਉਹੀ ਰਸਤਾ ਟਰਾਈ ਕੀਤਾ ਜਾਵੇ। ਇਸ ਵੱਲ ਦੀ ਆਈ ਥਿੰਕ ਇੱਕ ਰਸਤਾ ਸੀ ਜੋ ਆਪਾਂ ਓਪਨ ਕੀਤਾ ਸੀ, ਉੱਥੇ ਦੀ ਟਰਾਈ ਕਰਦੇ ਹਾਂ ਵਾਪਸ ਜਾ ਕੇ। ਲੌਂਗ ਰੂਟ ਬਣ ਜਾਣਾ ਹੈ। ਦੇਖਦੇ ਹਾਂ ਟਰਾਈ ਕਰਦੇ ਹਾਂ। ਆਈ ਥਿੰਕ ਉੱਥੇ ਜੁੱਤੀ ਲਗਾਈ ਸੀ ਆਪਾਂ, ਉਹ ਗਾਇਬ ਹੋ ਚੁੱਕੇ ਨੇ ਆਲਰੇਡੀ। ਚਲੋ ਇਸ ਤਰ੍ਹਾਂ ਚੱਲ ਜਾਏਗਾ। ਨਾਲ ਨਾਲ ਕੁਛ ਹੋਰ ਲੋਕੇਸ਼ਨ ਵੀ ਚੈੱਕ ਹੁੰਦੀਆਂ ਜਾਂਦੀਆਂ ਅਗਰ ਐਕਸੈਸਿਬਲ ਹੋਈਆਂ, ਜਾਂ ਕੋਈ ਨਵੀਂ ਚੀਜ਼ ਹੈ ਅਚੀਵੇਬਲ ਹੋਈ ਕੋਈ। ਕਾਫੀ ਜ਼ਿਆਦਾ ਟਾਈਮ ਵੇਸਟ ਹੋ ਜਾਏਗਾ ਬਸ ਇਸ ਰੂਟ ਨੂੰ ਫੋਲੋ ਕਰਦੇ ਟਾਈਮ। ਐਕਚੁਲੀ ਸ਼ੈਡੋ ਆਫ ਦ ਕੰਕਰੀਟ ਦੇ ਵਿੱਚ ਮੈਨੂੰ ਯਾਦ ਹੈ, ਉਸਦੇ ਵਿੱਚ ਇੱਕ ਵਾਰੀ ਇੱਦਾਂ ਹੋਇਆ ਸੀ ਕਿ ਉਸ ਵਿੱਚ ਇੱਕ ਦੋ ਵਾਰੀ ਈਵਨ ਹੋਇਆ ਸੀ ਕਿ ਜੋ ਆਪਾਂ ਕਈ ਵਾਰੀ ਟਰਾਈ ਕਰਦੇ ਹਾਂ ਦੁਬਾਰਾ ਬੈਕ ਜਾ ਕੇ ਕਿਸੇ ਰੂਟ ਨੂੰ,
ਤੇ ਉਸਦੇ ਵਿੱਚ ਉਹ ਰੂਟਸ ਐਕਸੈਸਿਬਲ ਹੀ ਨਹੀਂ ਸੀ, ਮਤਲਬ ਜੋ ਆਬਜੈਕਟਸ ਹੁੰਦੇ ਆ ਅਗਰ ਉਹ ਡ੍ਰੌਪ ਹੋ ਗਏ ਇੱਕ ਵਾਰੀ, ਆਈ ਮੀਨ ਕਿ ਉਸ ਰੂਟ ਥਾਣੀ ਜਦੋਂ ਤੁਸੀਂ ਪਾਸ ਹੋ ਗਏ ਤੇ ਦੈਨ ਅਗਰ ਤੁਸੀਂ ਉਸ ਰੂਟ ਨੂੰ ਦੁਬਾਰਾ ਟਰਾਈ ਕਰਨ ਦੀ ਕੋਸ਼ਿਸ਼ ਕਰਦੇ ਵੀ ਹਾਂ, ਦੈਨ ਉਹ ਰੂਟ ਤੁਹਾਡੇ ਲਈ ਐਕਸੈਸਿਬਲ ਰਹਿੰਦਾ ਹੀ ਨਹੀਂ ਸੀ। ਬਟ ਇਸ ਏਰੀਆ ਦੇ ਵਿੱਚ ਮੈਨੂੰ ਲੱਗ ਰਿਹਾ ਹੈ ਕਿ ਸ਼ਾਇਦ ਆਪਣੀ ਗੱਲ ਬਣ ਜਾਏਗੀ ਕਿ ਆਪਾਂ ਬੈਕਵਰਡ ਜਿੱਦਾਂ ਜਾ ਕੇ ਦੁਬਾਰਾ ਸੇਮ ਰੂਟ ਥਾਣੀ ਟਰਾਈ ਕਰ ਰਹੇ ਹਾਂ। ਹੋਪ ਸੋ ਕੋਈ ਨਾ ਕੋਈ ਲੋਕੇਸ਼ਨ ਕਿਤੇ ਨਾ ਕਿਤੇ ਨਾਲ ਜੁੜੀ ਹੋਈ ਹੋਵੇ ਜਿੱਥੋਂ ਆਪਾਂ ਨੂੰ ਆਪਣੇ ਕੰਮ ਦੀ ਜਗ੍ਹਾ 'ਤੇ ਪਹੁੰਚਣ ਲਈ ਰਸਤਾ ਮਿਲ ਜਾਵੇ। ਵੈਪਨਸ ਵੀ ਆਲਮੋਸਟ ਆਪਾਂ ਵੈਸੇ ਤਾਂ ਐਰੋਜ਼ ਹੀ ਯੂਜ਼ ਕਰਦੇ ਹਾਂ, ਬਟ ਕਈ ਵਾਰੀ ਕੁਛ ਘਟਿਆ ਹੁੰਦਾ ਹੈ। ਬਟ ਸਾਡੇ ਵੀ ਗਨ ਵਗੈਰਾ ਵੀ ਫੁੱਲ ਹੈ, ਇਹ ਸਪੈਸ਼ਲ ਵੈਪਨ ਸ਼ੂਜ ਆਲਰੇਡੀ ਫੁੱਲ ਨੇ, ਉਸ ਸਾਈਡ ਵੱਲ ਆਪਾਂ ਜਾ ਨਹੀਂ ਸਕਦੇ। ਫਿਰ ਇਸਦੇ ਪਾਪਤੇ ਆਈ ਥਿੰਕ ਲੈਣਾ ਪਏਗਾ, ਇੱਥੋਂ ਦੀ ਹੀ ਰਸਤਾ ਕਾਫੀ ਲੰਬੀ ਹੈ। ਐਂਡ ਆਈ ਥਿੰਕ ਇੱਧਰੋਂ ਜਿਹੜੀ ਬਕਟਸ ਸੀ ਇਸਨੂੰ ਸ਼ਾਇਦ ਪਹਿਲਾਂ ਚੇਸ ਕਰਨਾ ਸੀ, ਦੈਨ ਵਾਟਰ ਫਿਲ ਕਰਵਾਉਣਾ ਸੀ, ਦੈਨ ਬੈਕ ਕਿਆ ਹੋਣਾ ਸੀ। ਆਈ ਥਿੰਕ ਉਹ ਵਾਲੀ ਬਕਟ ਵੀ ਫਿਲਡ ਹੈ ਇਸ ਟਾਈਮ। ਬਟ ਉਹ ਬਕਟ ਫਿਲਡ ਨਹੀਂ ਸੀ, ਮੂਵ ਨਹੀਂ ਹੋਈ, ਸ਼ਾਇਦ ਉਹ ਐਂਗਲ ਸਹੀ ਨਹੀਂ ਸੀ। ਕੋਈ ਗੱਲ ਨਹੀਂ, ਹੁਣ ਲੋਕੇਸ਼ਨ ਥੋੜ੍ਹੀ ਹੋਰ ਚੇਂਜ ਕਰਕੇ ਓਕੇ ਬਕਟ ਫਿਲ ਹੋ ਗਈ, ਦੈਨ ਫਿਰ ਤੋਂ ਉਹੀ ਚੀਜ਼ ਹਾਈ ਲੋ ਲੈਵਲਸ ਚੇਂਜ ਹੋ ਗਏ, ਦੈਨ ਅਸੀਂ ਪਹਿਲਾਂ ਲੋਕੇਸ਼ਨ ਬਣਾ ਲੈਂਦੇ ਹਾਂ। ਸਹੀ, ਕਾਫੀ ਡਿਫਰੈਂਟ ਜਿਹੀ ਲੋਕੇਸ਼ਨ ਬਣਾਈ ਹੈ ਕਿਉਂਕਿ ਇਹ ਅੰਡਰਗਰਾਊਂਡ ਏਰੀਆ ਬਣਾਇਆ ਹੈ, ਜਿੱਦਾਂ ਉਹ ਵਾਟਰ ਲੈਵਲ ਉੱਪਰੋਂ ਆ ਰਿਹਾ ਹੈ, ਦੈਨ ਏਡੀ ਵੱਡੀ ਬਿਲਡਿੰਗ ਹੈ ਇੱਥੇ, ਅਤੇ ਇਹ ਨਹੀਂ ਸੀ ਹਿੱਟ ਕਰਨਾ ਕੁਛ ਨਹੀਂ। ਆਪਣਾ ਸਪੇਸ ਇਸ ਸਾਈਡ ਵੱਲ ਨੂੰ ਆ, ਅਗਰ ਦੇਖਿਆ ਜਾਵੇ ਤਾਂ ਦੋ ਏਰੀਆਸ ਜੁੜੇ ਹੋਏ ਨੇ ਆਪਸ 'ਚ। ਅਗਰ ਆਪਾਂ ਡਾਇਰੈਕਟ ਆਊਟ ਸਾਈਡ ਵੱਲ ਨੂੰ ਚਲੇ ਜਾਂਦੇ ਹਾਂ ਤਾਂ ਸ਼ਾਇਦ ਉੱਥੇ ਡਾਇਰੈਕਟ ਹੀ ਆਪਣੇ ਕੰਮ ਦਾ ਰੂਟ ਨਿਕਲ ਆਏਗਾ। ਸੀ ਅਗਰ ਇੱਥੇ ਨੀਚੇ ਜਾਂਦੇ ਹਾਂ ਤਾਂ ਉਹ ਜਗ੍ਹਾ ਵੀ ਹੈਗੀ ਆ ਆਈ ਥਿੰਕ ਜਿਹੜੀ ਯੂਜ਼ਫੁਲ ਹੈ, ਦੈਨ ਫਰਦਰ ਉਸ ਸਾਈਡ ਵੱਲ ਜਾਣ ਲਈ ਸ਼ਾਇਦ ਉਹ ਬਿਲਡਿੰਗਸ ਕੰਮ ਆ ਜਾਣਗੇ, ਬਿਲਡਿੰਗਸ ਟੋਪ ਸੀ। ਅਗਰ ਇਹੀ ਰੂਟ ਆਪਣੇ ਸੈੱਟ ਆ ਜਾਂਦੇ। ਟ੍ਰਿਬਿਊਸ਼ੀਅਰ ਅਟੈਕ ਸਟਾਰਟ ਹੋ ਗਿਆ, ਬਟ ਟ੍ਰਿਬਿਊਸ਼ੀਅਰ ਅਟੈਕ ਤਾਂ ਹੋਣੇ ਨਹੀਂ ਚਾਹੀਦੇ ਕਿ ਆਪਾਂ ਇਸ ਏਰੀਆ ਨੂੰ ਕਲੀਅਰ ਕੀਤਾ ਹੈ, ਇਸ ਸਾਈਡ ਵੱਲੋਂ ਆ
Okay, off location. ਲੱਗਦਾ ਤਾਂ ਇੰਟੀ ਹੈ, ਜਿਵੇਂ ਉਸ ਸਮੇਂ ਪਤਾ ਸੀ ਕਿ ਆਪਾਂ ਡਰੌਪ ਕਰਾਂਗੇ ਤਾਂ ਉਸ ਤੋਂ ਬਾਅਦ ਆਪਾਂ ਨੂੰ ਬੈਠ ਜਾਣਾ ਪਏਗਾ। ਓਕੇ, ਹੁਣ ਇੱਥੋਂ ਆਈ ਥਿੰਕ ਉੱਥੇ ਜਾਣਾ ਹੈ, ਅਤੇ ਥੋੜ੍ਹੀ ਦੇਖ ਲਈਏ ਕਿ ਇੱਧਰ ਕੋਈ ਹੋਰ ਲੋਕੇਸ਼ਨ ਨਾ ਹੋਵੇ ਜਿੱਥੇ ਆਪਾਂ ਮੂਵ ਕਰਨਾ ਹੋਵੇ। ਬਟ ਆਈ ਥਿੰਕ ਵੈਸੇ ਤਾਂ ਬੈਕ ਵੀ ਆਇਆ ਜਾ ਸਕਦਾ ਹੈ, ਕੋਈ ਵੱਡੀ ਗੱਲ ਨਹੀਂ। ਇਸ ਸਾਈਡ ਵੱਲ ਇੱਕ ਹੋਰ ਸਲਵਿਚ, ਵੈਲ ਮੈਂ ਆਡੀਓ ਦੇ ਵਿੱਚ ਨੋਇਸ ਕੈਂਸਲੇਸ਼ਨ ਵਗੈਰਾ ਅਤੇ ਜੋ ਆਪਸ਼ਨਸ ਹੁੰਦੇ ਨੇ ਉਹ ਵੀ ਟਰਾਈ ਕਰਕੇ ਦੇਖੇ ਸੀ, ਬਟ ਪਤਾ ਨਹੀਂ ਕਿਉਂ ਉਹ ਵੀ ਯੂਸਫੁਲ ਨਹੀਂ ਨਿਕਲੇ। ਨੋਇਸ ਕੈਂਸਲੇਸ਼ਨ ਵੈਸੇ ਤਾਂ ਚੱਲਣਾ ਚਾਹੀਦਾ ਸੀ ਮੇਰੇ ਹਿਸਾਬ ਨਾਲ, ਵਲਾ ਸੀ ਉਹ ਡੋਰ ਦਰਵਾਜ਼ਾ ਜੋ ਆਪਾਂ ਤੋੜਿਆ ਸੀ ਲਾਸਟ ਟਾਈਮ ਉਹਦੇ ਰੱਖ ਦੇ। ਓਕੇ, ਕਰ ਗਈ ਆਟੋਮੈਟਿਕ ਹੋ ਗਿਆ ਸਟਾਰਟ, ਰਸਤਾ ਬਲੌਕ ਕਰ ਦਿੱਤਾ ਗਿਆ, ਉਹ ਭੱਜਣਾ ਸ਼ੁਰੂ ਕਰ ਗਿਆ ਹੁਣ ਆਪਾਂ। ਓਏ ਓਏ ਓਏ, ਡਬਲ ਜੰਪ ਹੋ ਗਿਆ, ਈ ਯੂਜ਼ ਹੀ ਨਹੀਂ ਹੋ ਪਾਈ, ਪ੍ਰੈਸ ਕੀਤੀ ਬਟ ਆਈ ਥਿੰਕ ਹੁੱਕ ਨਹੀਂ ਹੋਇਆ ਸੀ। ਚਲੋ ਕੋਈ ਗੱਲ, ਇਸ ਲਈ ਮੈਂ ਕਹਿ ਰਿਹਾ ਸੀ ਕਿਉਂਕਿ ਇਸ ਗੇਮ ਦੇ ਵਿੱਚ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਅਗਰ ਮੰਨ ਲਓ ਤੁਹਾਡੀ ਹੈਲਥ ਡ੍ਰੌਪ ਹੋ ਵੀ ਰਹੀ ਹੈ। ਚਲੋ ਮੂਵ ਕਰਦੇ ਜਾਓ ਛੇਤੀ ਛੇਤੀ, ਲੱਗਦਾ ਹੈ ਅਟੈਕ ਸ਼ੁਰੂ ਹੋ ਗਿਆ। ਲੱਗਦਾ ਸਾਹਮਣੇ ਆ ਮੇਰੇ ਲੋਕੇਸ਼ਨ ਚੇਕ ਕਰ ਲਈ, ਦੂਸਰਾ ਗਿਆ ਹੈ। ਸਪੀਡ ਕੱਪ ਤੇਜ਼ ਹੋ ਗਈ। ਓਕੇ, ਅਸਮਾਨ ਦੇ ਵਿੱਚ। ਓਕੇ ਓਕੇ ਓਕੇ, ਟ੍ਰੇਨਿਟੀ ਵਾਲਿਆਂ ਨੇ ਹਮਲਾ ਕਰ ਦਿੱਤਾ।
ਉਹਨਾਂ ਦਾ ਹੈਲੀਕਾਪਟਰ ਆ ਗਿਆ ਆਈ ਥਿੰਕ ਤੁਹਾਨੂੰ ਭੇਜਣਾ ਪਏਗਾ ਫਿਰ ਤਾਂ ਓਕੇ 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 ਇਸ ਅਵਰ ਬੇਸ ਕਿਉਂ ਓਕੇ ਲੈਟਸ ਸੀ ਬਸ ਦੇਖਿਆ ਜਾਵੇ ਉੱਪਰੋਂ ਅਟੈਕ ਹੋ ਰਿਹਾ ਹੈ ਹੈਲੀਕਾਪਟਰਸ ਆਏ ਹੋਏ ਨੇ ਐਂਡ ਇਹ ਬੇਸ ਕੈਂਪ ਦੇ ਵਿੱਚ ਵੈਪਨ ਅਪਗ੍ਰੇਡ ਦੇ ਆ ਓਕੇ ਇਸਦੀ ਕਮਾਂਡੋ ਆਊਟਪੁੱਟ ਜੋ ਮੈਂ ਬਾਈ ਕੀਤੀ ਸੀ ਓਕੇ ਹੈਲਥ ਰੀਜਨਰੇਸ਼ਨ ਵਾਲਾ ਹੈ ਇਸ ਤੋਂ ਇਲਾਵਾ ਕੋਈ ਹੋਰ ਅਗਰ ਕ੍ਰਿਕ ਫਾਇਰ 'ਤੇ ਅਟੈਕ ਬਚਾਉਣ ਲਈ ਮੇਰੇ ਖਿਆਲ 'ਚ ਸਪੈਸ਼ਲ ਐਮੀਨੇਸ਼ਨ ਵਾਲੀ ਕ੍ਰਿਕ ਫਾਇਰ ਆਈ ਥਿੰਕ ਜੋ ਬਾਰੂਦ ਉਹ ਯੂਜ਼ ਕਰ ਰਹੇ ਨੇ ਇਸ ਦੇ ਨਾਲ ਉਸਦਾ ਅਟੈਕ ਵੈਸੇ ਘਟਾਇਆ ਜਾ ਸਕਦਾ ਦੇਖਣ ਨੂੰ ਪ੍ਰੈਸ ਕਿੱਦਾਂ ਦੀ ਆ ਵੈਸੇ ਤਾਂ ਬਹੁਤ ਜ਼ਿਆਦਾ ਆਪਾਂ ਨੂੰ ਅਟੈਕ ਤੋਂ ਬਚਣ ਦੀ ਲੋੜ ਨਹੀਂ ਪੈਂਦੀ ਓਕੇ ਆਰਮਰਡ ਹੈ ਐਕਚੁਅਲੀ ਇਹ ਅਤੇ ਬਲੈਕ ਕਲੋਥਿੰਗ ਹੈ ਇਸ ਦੇ ਵਿੱਚ ਫਾਇਰਿੰਗ ਬੁਲੇਟਸ ਵਗੈਰਾ ਅਤੇ ਹੈਲਥ ਰੀਜਨਰੇਸ਼ਨ ਹੈ ਐਰੋਜ਼ ਹੈ ਹੈਲਥ ਰੀਜਨਰੇਸ਼ਨ ਵਾਲਾ ਹੀ ਆ ਨੋਨ ਪ੍ਰੀਡੇਟਰੀ ਐਨੀਮਲਸ ਇਹਨਾਂ ਤੋਂ ਕੋਈ ਚੱਕਰ ਨਹੀਂ ਹੈਗੇ ਆਈ ਥਿੰਕ ਕੰਪਰੇਟਿਵ 3 ਦੇ ਵਿੱਚ ਆਈ ਹੋਈ ਹੈ ਸਾਈਬੇਰੀਅਨ ਵਿਲਡਰਨੈਸ ਓਕੇ ਡਰੈਸ ਆਪ ਇਹ ਵੀ ਪੁਰਾਣੀ ਆ ਆਪ ਨੂੰ ਰਸਤੇ 'ਚ ਬਾਬਾ ਯਾਗਾ ਕੰਪਲੀਟ ਕੀਤਾ ਸੀ ਉੱਥੋਂ ਮਿਲਿਆ ਸੀ ਇਸ ਦੇ ਵਿੱਚ ਹੈਲਮਟ ਹੈ ਐਂਡ ਦੈਨ ਸਕਲਸ ਵਗੈਰਾ ਬੈਡ ਦੇ ਉੱਤੇ ਹੈਂਡ ਕੀਤੇ ਗਏ ਪੋਇਜ਼ਨ ਐਰੋ ਕਲਾਊਡ ਦੀ ਡੋਰੇਸ਼ਨ ਵਧਾਉਂਦਾ ਹੈ ਓਕੇ ਇਨਕਰੀਜ਼ਡ ਆਨ ਹੋ ਗਿਆ ਐਕਸਪਲੋਸਿਵ ਐਰੋਜ਼ ਘੱਟ ਯੂਜ਼ ਕਰੀਏ ਆਪਾਂ ਐਕਚੁਅਲੀ ਘੱਟ ਯੂਜ਼ ਦਾ ਇੱਦਾਂ ਵੀ ਹੈ ਅਗਰ ਆਪਾਂ ਯੂਜ਼ ਕਰਦੇ ਵੀ ਹਾਂ ਉਸ ਦੇ ਵਿੱਚ ਵੀ ਇਸ਼ੂ ਇਹੀ ਬਣਦਾ ਹੈ ਕਿ ਅਗਰ ਆਪਾਂ ਯੂਜ਼ ਕਰਦੇ ਵੀ ਹਾਂ ਤਾਂ ਕਈ ਵਾਰੀ ਆਪਾਂ ਜੋ ਯੂਜ਼ ਕਰ ਰਹੇ ਹੁੰਦੇ ਹਾਂ ਉਹ ਚੀਜ਼ ਚੱਲਦੀ ਹੀ ਨਹੀਂ ਜਿੱਦਾਂ ਅਗਰ ਮਿਡਲ ਮਾਊਸ ਦੇ ਨਾਲ ਆਪਾਂ ਅਟੈਕ ਕਰਦੇ ਹਾਂ ਤਾਂ ਕਈ ਵਾਰੀ ਉਹ ਸੇਮ ਹੀ ਚੀਜ਼ ਰਹਿ ਜਾਂਦੀ ਹੈ ਅਗਰ ਆਪਾਂ ਲੈਫਟ ਕਲਿੱਕ ਕਰਦੇ ਹਾਂ ਉਸ ਦੇ ਨਾਲ ਵੀ ਉਹੀ ਅਟੈਕ ਹੋ ਰਿਹਾ ਹੁੰਦਾ ਹੈ ਮਿਡਲ ਮਾਊਸ ਬਟਨ ਨਾਲ ਵੀ ਸੇਮ ਹੀ ਅਟੈਕ ਕਰ ਰਹੀ ਹੈ ਜਦਕਿ ਮਿਡਲ ਮਾਊਸ ਬਟਨ ਦੇ ਨਾਲ ਸਪੈਸ਼ਲ ਅਟੈਕ ਵਗੈਰਾ ਇਸ ਨੇ ਕਰਨਾ ਹੁੰਦਾ ਹੋਰ ਚੀਜ਼ ਕਲੈਕਟੇਬਲ ਅਗਰ ਇੱਥੇ ਹੈ ਤਾਂ ਇਸ ਸਾਈਡ ਵੱਲ ਉੱਪਰ ਦੇਖ ਲੈਂਦੇ ਹਾਂ ਕਈ ਵਾਰੀ ਨਹੀਂ ਫਾਇਰ ਉੱਧਰ ਕੁਛ ਨਹੀਂ ਹੈ ਉਸ ਦੀ ਵਾਰ 'ਤੇ ਕੁਛ ਨਹੀਂ ਹੈ ਗ੍ਰੈਪਲ ਕਰਨ ਲਈ ਵੀ ਇੱਥੇ ਲਗਾਇਆ ਹੋਇਆ ਹੈ ਇਸ ਤੋਂ ਫਾਇਦਾ ਹੋਏਗਾ ਇੱਧਰ ਤਾਂ ਕੁਛ ਵੀ ਨਹੀਂ ਅਤੇ ਰੂਟੇਬਲ ਨਹੀਂ ਹੈ ਅਤੇ ਵੀ ਰੂਟੇਬਲ ਨਹੀਂ ਓਕੇ ਇਸ ਸਾਈਡ ਵੱਲ ਵੀ ਕੁਛ ਨਹੀਂ ਹੋ ਕੱਪੜਾ ਆ ਕੱਪੜੇ ਤੇ ਪਰ ਕਿਸੇ ਦਾ ਵੀ ਫਾਇਦਾ ਨਹੀਂ ਚਲੋ ਦੇਖਦੇ ਹਾਂ ਨੈਕਸਟ ਕੀ ਆਉਂਦਾ ਹੈ ਵੈਸੇ 15 ਮਿੰਟ ਦਾ ਗੇਮ ਪਲੇ ਹੋ ਗਿਆ ਹੈ ਇਸ ਵਿੱਚ ਚਲ ਪਟਾ ਗਿਆ ਚਲੋ ਫਿਰ ਵੀ ਚਲੇ ਜਾਂਦਾ ਕੀ ਫਾਇਦਾ ਉਹ
ਤੇ ਦੁਸ਼ਮਣ ਤੇ ਅਟੈਕ ਕਰਨ ਦੀ ਸ਼ਾਇਦ ਸਟ੍ਰੈਟਜੀ ਬਣਾਉਂਦੀ ਹੋਵੇ, ਬਟ ਇੰਨਾ ਲੋੜ ਨਹੀਂ ਪੈਂਦੀ। ਓਕੇ ਉਸ ਸਾਈਡ ਵੱਲ ਜਾਣਾ ਹੈ ਦੈਨ। ਇੱਥੇ ਗੇਟ ਬਲੋਕ ਹੋ ਗਿਆ ਹੈ ਅਤੇ ਇੱਧਰ ਦੀ ਜਿੱਥੇ ਜੇ ਆਪਾਂ ਗਏ ਸੀ ਅਤੇ ਉੱਥੇ ਸਟਾਰਟ ਕਰ ਦਿਆ। ਇੱਧਰ ਉੱਪਰ ਜਾਣਾ ਹੋਏਗਾ ਆਈ ਥਿੰਕ, ਇਸ ਸਾਈਡ ਨਹੀਂ ਹੈ ਬਟ ਉਸ ਕੰਧੇ ਹੈ ਆਈ ਥਿੰਕ। ਦੋ ਲਗਾ ਦਿੰਦੇ ਹਾਂ ਵੀ ਕੋਈ ਪਤਾ ਨਹੀਂ ਬਾਅਦ ਵਿੱਚ ਕਿਸ ਤਰ੍ਹਾਂ ਜੰਪਸ ਲਗਾਉਣੇ ਗਏ। ਇੱਧਰ ਨੂੰ ਹੀ ਜਾਣਾ ਬਣਦਾ ਆਈ ਥਿੰਕ, ਆਪਣੀ ਲੋਕੇਸ਼ਨ ਦੇ ਨਾ ਸਿੰਗਲ ਵੀ ਲਗਾ ਕੇ ਦੇਖ ਦਿੰਦੇ। ਓਕੇ ਠੀਕ ਹੈ, ਔਰ ਸਹੀ ਗੱਲ ਹੈ। ਹੈਲੀਕਾਪਟਰ ਵਾਲੇ ਵੀ ਵੇਟ ਕਰ ਰਹੇ ਸੀ ਜਦੋਂ ਆਪਾਂ ਇੱਥੇ ਪਹੁੰਚੀਏ ਅਤੇ ਅਟੈਕ ਕਰ ਲਈਏ। ਓਕੇ ਇਸ ਤੋਂ ਉੱਪਰ ਵਾਲਾ ਗ੍ਰਪਲ ਕਰਕੇ ਬਣ ਗਿਆ। ਅਜੇ ਤੱਕ ਇੱਕ ਡਾਇਰੈਕਟ ਤੇ ਜੰਪ ਨਹੀਂ ਬਣਦਾ ਸਰ, ਅਜੇ ਵੀ ਹੋ ਗਿਆ। ਉਹ ਕਾਰਨਰ ਤੇ ਖੜੇ ਸਨ ਸੀ ਪੋਜੀਸ਼ਨ, ਉਹਨਾਂ ਦੇ ਕਾਮਨ ਸੈਂਸ ਵਾਲੀ ਗੱਲ ਸੀ। ਅਟੈਕ ਤੇ ਹੋਰ ਹੀ ਕਰੀ ਜਾਂਦੇ ਲੱਗਦਾ। ਨਹੀਂ ਹੁਣ ਸਹੀ ਜਗ੍ਹਾ ਤੇ ਸੀ। ਉੱਥੋਂ ਦੀ ਰੈਪਲ ਕਰਕੇ ਭੱਜਦੇ ਜਾਂਦੇ ਹਾਂ ਭੱਜਦੇ ਜਾਂਦੇ ਅਤੇ ਉੱਥੋਂ ਵੀ ਰੈਪਲ ਵੀ ਕਰਨਾ ਪਿਆ। ਆਹ ਦੂਜਾ ਆ ਕਰਨਾ ਪਏਗਾ, ਦੈਨ ਇਸ ਸਾਈਡ ਵੱਲ ਹੀ ਲੱਗ ਰਹੀ ਹੈ। ਓਕੇ ਇੱਥੇ ਪੱਤੋ ਐਰੋਸ ਕੀ ਕਰਨਾ ਗਈ ਇਨ ਰੇਂਜ, ਇਨ ਰੇਂਜ ਨਹੀਂ ਇੱਥੇ ਤਾਂ ਰੁਕਣਾ। ਓਕੇ ਓਕੇ ਦੈਨ ਆ ਕੰਟੇਨਰ ਇਹਦੇ ਤੇ ਇੱਥੇ ਰੁਕਣਾ ਨਹੀਂ। ਓਕੇ ਮੁੱਕੇ ਵੈਸੇ ਤਾਂ ਉੱਧਰ ਹੀ ਉਤਰਨਾ ਸੀ ਇਹ। ਠੀਕ ਹੈ ਜਦੋਂ ਤੱਕ ਪਾਉਂਦੇ ਅੱਛਾ ਜਿਹੜਾ ਆਪਣਾ ਸੀਗਾ ਰੈਲਿਕ ਇਹ ਪਿੱਛੇ ਰਹਿ ਗਿਆ, ਅਸੀਂ ਇਹ ਜਲਦਬਾਜ਼ੀ ਕਰਾਏ ਜਾਂਦੇ। ਚਲੋ ਕੋਈ ਗੱਲ ਨਹੀਂ, ਇੱਕ ਵਾਰੀ ਇੱਥੋਂ ਜੋ ਵੀ ਹੈ। ਆਹ ਕਿੱਥੇ ਗਿਆ ਬਾਈ, ਉੱਪਰ ਸੀ ਕੁਛ ਨਹੀਂ। ਐਕਸੋਟਿਕ ਰਿਸੋਰਸਿਸ ਉਹ ਤਾਂ ਫਿਰ ਸੀ ਇੱਧਰ ਉੱਤੇ ਜਾਂਦੇ ਗਏ ਇੱਧਰ ਹੋਵੇ ਦੈਨ ਹਾਂ ਠੀਕ ਹੈ ਸਿਰ ਜਗ੍ਹਾ ਤਾਂ ਅੱਛਾ ਅੱਛਾ ਠੀਕ ਹੈ ਤੀਰ ਓਕੇ ਉੱਥੇ ਪਲੱਸ ਹੋਇਆ ਸੀ
ਓਕੇ ਡਨ, ਇੱਕ ਹੋਰ ਆਪਾਂ ਨੂੰ ਸੇਫ ਪੁਆਇੰਟ ਮਿਲ ਗਿਆ। ਓਕੇ ਸ਼ਾਟਗਨ ਦੇ ਵਿੱਚ ਬਾਕੀਆਂ ਦੇ ਅਪਗ੍ਰੇਡਸ ਆਏ ਹੋਏ ਨੇ, ਬਟ ਆਪਣੇ ਓਕੇ ਦੇਖ ਲੈਂਦੇ ਹਾਂ। ਵੈਸੇ ਵੀ ਅੱਜ ਦੀ ਵੀਡੀਓ ਆਈ ਥਿੰਕ ਇੰਨੀ ਹੀ ਬਹੁਤ ਹੈ। ਓਕੇ ਓਕੇ ਸ਼ਾਟਗਨ 'ਤੇ ਅਪਗ੍ਰੇਡ ਹੋ ਹੀ ਨਹੀਂ ਸਕਦੀ। ਓਕੇ ਰਾਈਫਲ ਹੋ ਸਕਦੀ ਹੈ, ਐਮੋ ਕਪੈਸਿਟੀ ਅਪ ਕੀਤੀ ਜਾ ਸਕਦੀ ਹੈ ਜਾਂ ਰੀਲੋਡ ਦੀ ਸਪੀਡ, ਵੈਸੇ ਤਾਂ ਰੀਲੋਡ ਦੀ ਸਪੀਡ ਪਹਿਲਾਂ ਹੀ ਕਾਫੀ ਹੈ, ਅਤੇ ਐਮੋ ਕਪੈਸਿਟੀ ਵੀ ਅਪ ਹੋ ਸਕਦੀ ਹੈ। ਓਕੇ ਜੋ ਆਪਣਾ ਗੋ ਹੈ ਇਹ ਵੀ ਆਪਣੇ ਦੇਖਦੇ ਹਾਂ। ਓਕੇ ਇੱਥੋਂ ਆਪਾਂ ਉਸ ਸਾਈਡ ਵੱਲ ਨੂੰ ਜਾਣਾ ਹੈ, ਬਟ ਹੁਣੇ ਹੀ ਆਪਾਂ ਨਹੀਂ ਚੱਲੇ, ਇੱਕ ਵਾਰੀ ਇਸ ਨੂੰ ਬੰਦ ਕਰਦੇ ਹਾਂ।